हेलो, आठवीं क्लास दे प्यारे प्यारे बच्चों, आज एक्सरसाइज 2.2 असी करन लगे हैं। ते इहदा पहला सवाल हैगा आ कि जे तुहानूं किसी संख्या विच्चों 1/2 घटाउण अते नतीजे नूं 1/2 नाल गुणा करन ते 1/8 प्राप्त हुंदा है तां उह संख्या की है। ठीक है, पंजाबी च पहला समझो रकम चंगी तरह कि जे तुहानूं किसी संख्या, पहला तो आ गई साड़ी किसे संख्या। किसे संख्या मतलब असी मान लाँगे संख्या साड़ी जिहड़ा मर्जी मान लो एक्स है, असी मान लैने कि संख्या साड़े कोल एक्स हैगी है, उहदे विचों फिर किन्ने घटाउणे आ 1/2। एक्स दे विचों 1/2 असी घटा देने तो साडा रिजल्ट की आया एक्स माइनस 1/2। उस रिजल्ट नूं फिर नतीजे नूं 1/2 नाल ਗੁਣਾ ਕਰਨ 'ਤੇ, ਉਹ ਜਿਹੜਾ ਸਾਡਾ ਨਤੀਜਾ ਆਇਆ ਉਹਨੂੰ ਫਿਰ 1/2 ਨਾਲ ਗੁਣਾ ਕਰਨੀ ਆ। ਜਦੋਂ ਗੁਣਾ ਕਰਾਂਗੇ ਤਾਂ ਸਾਨੂੰ ਕੀ ਪ੍ਰਾਪਤ ਹੋਏਗਾ, ਮਤਲਬ ਕਿਹਦੇ ਬਰਾਬਰ ਆਏਗੀ ਉਹ ਗੁਣਾ ਹੋ ਕੇ 1/8 ਦੇ ਬਰਾਬਰ ਆਏਗੀ। ਉਹ ਸੰਖਿਆ ਪਤਾ ਕਰਨੀ ਹੈ ਜਿਹੜਾ ਅਸੀਂ ਕਿਸੇ ਸੰਖਿਆ ਮੰਨੀ ਨਾ ਐਕਸ, ਉਹ ਪਤਾ ਕਰਨਾ ਆ। ਇੰਗਲਿਸ਼ ਵਾਲਿਆਂ ਲਈ ਹੈਗਾ ਇਫ ਯੂ ਸਬਟ੍ਰੈਕਟ 1/2 ਫਰੋਮ ਅ ਨੰਬਰ, ਅਗਰ ਤੁਸੀਂ ਇੱਕ ਨੰਬਰ ਦੇ ਵਿੱਚੋਂ 1/2 ਮਾਈਨਸ ਕਰਦੇ ਹੋ। ਇਫ ਯੂ ਸਬਟ੍ਰੈਕਟ 1/2 ਫਰੋਮ ਅ ਨੰਬਰ ਐਂਡ ਮਲਟੀਪਲਾਈ ਦਾ ਰਿਜ਼ਲਟ ਬਾਈ 1/2, ਠੀਕ ਹੈ, ਉਹਨੂੰ ਮਾਈਨਸ ਕਰਕੇ ਜਿਹੜਾ ਤੁਹਾਡਾ ਰਿਜ਼ਲਟ ਆਉਂਦਾ ਉਹਨੂੰ ਤੁਸੀਂ 1/2 ਨਾਲ ਮਲਟੀਪਲਾਈ ਕਰ ਦਿੰਦੇ ਆ, ਯੂ ਗੈਟ 1/8। ਤਾਂ ਤੁਹਾਨੂੰ ਕੀ ਪ੍ਰਾਪਤ ਹੁੰਦਾ 1/8, ਵਟ ਇਜ਼ ਦਾ ਨੰਬਰ, ਤਾਂ ਉਹ ਨੰਬਰ ਦੱਸੋ ਕੀ ਹੈ। ਹੁਣ ਜਿਹੜਾ ਕਿਸਾ ਨੰਬਰ ਅਸੀਂ ਪਹਿਲਾਂ ਕਿਸੇ ਨੰਬਰ ਇਫ ਯੂ ਸਬਟ੍ਰੈਕਟ 1/2 ਫਰੋਮ ਅ ਨੰਬਰ, ਠੀਕ ਹੈ, ਉਹ ਨੰਬਰ ਅਸੀਂ ਪਹਿਲਾਂ ਕਰ ਲੈਣਾ ਲੈਟ ਮੰਨ ਲਓ, ਠੀਕ ਹੈ, ਪੰਜਾਬੀ 'ਚ ਹੁੰਦਾ ਮੰਨ ਲਓ ਅਤੇ ਇੰਗਲਿਸ਼ 'ਚ ਹੁੰਦਾ ਲੈਟ, ਠੀਕ ਹੈ। ਲੈਟ ਦਾ ਨੰਬਰ ਵੀ ਨੰਬਰ ਇਜ਼ ਇਕੁਅਲ ਟੂ ਐਕਸ, ਪੰਜਾਬੀ 'ਚ ਅਸੀਂ ਲਿਖ ਲੈਂਦੇ ਮੰਨ ਲਓ ਸੰਖਿਆ ਕਿਹੜੀ ਹੈਗੀ ਆ ਅਸੀਂ ਜਿਹੜੀ ਪਤਾ ਕਰਨੀ ਉਹ ਬਰਾਬਰ ਐਕਸ, ਠੀਕ ਹੈ, ਮੰਨ ਲਓ ਸੰਖਿਆ ਬਰਾਬਰ ਐਕਸ ਹੈ। ਸਵਾਲ ਉੱਦਾਂ ਹੀ ਹੋਣਾ ਹੈ, ਬਸ ਪੰਜਾਬੀ ਇੰਗਲਿਸ਼ ਦਾ ਫਰਕ ਹੈ, ਠੀਕ ਹੈ। ਫਿਰ ਉਸ ਤੋਂ ਬਾਅਦ ਹੁਣ ਉਹ ਕੀ ਕਹਿੰਦਾ ਆ ਸੈਕਿੰਡ ਸਟੈਪ ਦੇ ਵਿੱਚ, ਉਹਨੇ ਕੀ ਬੋਲਿਆ। ਦੇਖੋ ਇਹ ਸਾਰੇ ਜਿਹੜੇ ਸਵਾਲ ਹੈ ਨਾ ਸਾਨੂੰ ਥੋੜ੍ਹਾ ਜਿਹਾ ਸੋਚਣਾ ਪੈਣਾ, ਉਹਨਾਂ ਨੇ ਸਾਰਾ ਕੁਛ ਰਕਮ ਨੂੰ ਵਾਰ ਵਾਰ ਪੜ੍ਹੋ, ਰਕਮ ਨੂੰ ਵਾਰ ਵਾਰ ਪੜ੍ਹੋ, ਅਗੇਨ ਐਂਡ ਅਗੇਨ 2-3-4 ਵਾਰੀ ਪੜ੍ਹੋ, ਅਤੇ ਰਕਮ ਦੇ ਵਿੱਚੋਂ ਹੀ ਤੁਹਾਨੂੰ ਸਵਾਲ ਦੀ ਜਿਹੜੀ ਆ ਸਮੀਕਰਨ ਬਣਾਉਣੀ ਉਹ ਸਮਝ ਲੱਗਣ ਲੱਗ ਜਾਏਗੀ ਕਿ ਅਸੀਂ ਇਹਦੇ 'ਚ ਕੀ ਕਰਨਾ ਆ, ਕੀ ਬਣਾਉਣਾ ਆ। ਤਾਂ ਪਹਿਲਾਂ ਜਦੋਂ ਸਾਡੀ ਸਮੀਕਰਨ ਬਣ ਜਾਏਗੀ ਤਾਂ ਉਦੋਂ ਫਿਰ ਸਾਡਾ ਸਵਾਲ ਨਿਕਲਣਾ ਵੀ ਆਸਾਨ ਹੋ ਜਾਏਗਾ। ਸਭ ਤੋਂ ਪਹਿਲੀ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਰਕਮ ਨੂੰ ਵਾਰ ਵਾਰ ਪੜ੍ਹੋ, ਸਟੇਟਮੈਂਟ ਨੂੰ ਵਾਰ ਵਾਰ ਤੁਸੀਂ ਰੀਡ ਕਰੋ, ਠੀਕ ਹੈ। ਹੁਣ ਅਸੀਂ ਲੈਟ ਦਾ ਨੰਬਰ ਮੰਨ ਲਿਆ ਸੀ ਪਹਿਲਾਂ, ਹੁਣ ਉਹਨੇ ਦੂਜੇ ਨੰਬਰ 'ਤੇ ਕੀ ਕਿਹਾ ਕਿ ਉਹਦੇ ਵਿੱਚੋਂ 1/2 ਘਟਾਉਣਾ ਆ, ਸਬਟ੍ਰੈਕਟ ਕਿੰਨਾ ਕਰਨਾ 1/2, ਠੀਕ ਹੈ, ਅਕੋਰਡਿੰਗ ਟੂ ਕੁਐਸਚਨ। ਅਕੋਰਡਿੰਗ ਟੂ ਕੁਐਸਚਨ, ਕੁਐਸਚਨ ਦੇ ਅਨੁਸਾਰ ਪੰਜਾਬੀ 'ਚ ਆਏਗਾ ਪ੍ਰਸ਼ਨ ਦੇ ਅਨੁਸਾਰ, ਪ੍ਰਸ਼ਨ ਦੇ ਅਨੁਸਾਰ, ਠੀਕ ਹੈ। ਕੀ ਕਹਿੰਦਾ ਕਿ ਐਕਸ ਦੇ ਵਿੱਚੋਂ ਅਸੀਂ 1/2 ਘਟਾ ਦਿੱਤੇ, ਐਕਸ ਮਾਈਨਸ 1/2, ਦੋਨੇ ਪਾਸੇ ਕਰੀ ਜਾਂਦੀ ਹਾਂ ਮੈਂ, ਇੱਧਰ ਪੰਜਾਬੀ ਵਾਲੇ ਇੱਧਰ ਇੰਗਲਿਸ਼ ਵਾਲੇ ਆ, ਐਕਸ ਮਾਈਨਸ 1/2, ਐਕਸ ਘਟਾਓ 1/2, ਓਕੇ। ਹੁਣ ਅੱਗੇ ਕੀ ਹੈ, ਹੁਣ ਸਾਡੇ ਕੋਲ ਰਿਜ਼ਲਟ ਤਾਂ ਇਹੀ ਆ ਗਿਆ ਨਾ, ਨਤੀਜਾ ਕੀ ਆਇਆ ਇਹੀ ਆਇਆ ਨਾ, ਸਾਨੂੰ ਐਕਸ ਜੇ ਪਤਾ ਹੁੰਦਾ ਫਿਰ ਤਾਂ ਅਸੀਂ ਘਟਾ ਲੈਣਾ ਸੀ, ਹੁਣ ਐਕਸ ਸਾਨੂੰ ਪਤਾ ਹੀ ਨਹੀਂ ਹੈ, ਇਸ ਕਰਕੇ ਨਤੀਜਾ ਸਾਡਾ ਇਹੀ ਆ। ਇਸ ਨਤੀਜੇ ਨੂੰ, ਇਸ ਰਿਜ਼ਲਟ ਨੂੰ ਕਦੇ ਨਾਲ ਮਲਟੀਪਲਾਈ ਕਰਨਾ ਆ, 1/2 ਨਾਲ, 1/2 ਨਾਲ, ਨਤੀਜੇ ਨੂੰ 1/2 ਨਾਲ ਗੁਣਾ ਕਰਨੀ ਹੈ। ਫਿਰ ਜਦੋਂ ਅਸੀਂ ਇਹਨੂੰ ਗੁਣਾ ਕਰਨੀ ਹੈ, ਹੁਣ ਕਿਉਂਕਿ ਇਹ ਦੋ ਨੰਬਰ ਹੈ ਨਾ, ਦੋ ਸੰਖਿਆਵਾਂ ਨਾ, ਫਿਰ ਦੋ ਸੰਖਿਆਵਾਂ ਨੂੰ ਅਸੀਂ ਗੁਣਾ ਜਿਲ੍ਹੇ ਕਰਨੀ ਹੁੰਦੀ ਕਿਸੇ ਇੱਕ ਸੰਖਿਆ ਨੂੰ, ਤਾਂ ਅਸੀਂ ਉਹਨੂੰ ਬ੍ਰੈਕਟ 'ਚ ਪਾ ਲੈਂਦੇ ਹਾਂ, ਬ੍ਰੈਕਟ 'ਚ ਪਾ ਕੇ ਇਹਨੂੰ ਅਸੀਂ 1/2 ਨਾਲ ਗੁਣਾ ਕਰ ਦਿੰਦੇ ਹਾਂ, ਠੀਕ ਹੈ। ਕਿਉਂਕਿ ਉਸ 1/2 ਨੇ ਰਿਜ਼ਲਟ ਨੂੰ ਗੁਣਾ ਕਰਨੀ ਹੈ, ਤਾਂ ਰਿਜ਼ਲਟ ਇਹਨਾਂ ਦੋਨਾਂ ਦੀ ਮਾਈਨਸ ਹੋ ਕੇ ਆਉਣਾ ਨਾ, ਤਾਂ ਇਹ ਹੁਣ ਸਾਡੀ ਗੁਣਾ ਹੋ ਗਈ। ਇਹਨੂੰ ਜਦੋਂ 1/2 ਨਾਲ ਅਸੀਂ ਗੁਣਾ ਕਰਦੇ ਹਾਂ, ਮਲਟੀਪਲਾਈ ਕਰਦੇ ਹਾਂ, ਤਾਂ ਫਿਰ ਸਾਡਾ ਰਿਜ਼ਲਟ ਕਿਹਦੇ ਇਕੁਅਲ ਆਉਂਦਾ, ਅਕੋਰਡਿੰਗ ਟੂ ਕੁਐਸਚਨ ਜੋ ਲਿਖਿਆ ਅਸੀਂ ਸਾਰਾ ਕੁਛ ਇੱਥੇ ਲਿਖਣਾ, ਹੁਣ ਰਿਜ਼ਲਟ ਕਿਹਦੇ ਇਕੁਅਲ ਆਉਂਦਾ 1/8, ਠੀਕ ਹੈ। ਰਿਜ਼ਲਟ ਸਾਡਾ 1/8 ਆਇਆ, ਰਿਜ਼ਲਟ ਆਇਆ 1/8,
ठीक हुण असीं इहनूं सोल्व करना है इस इक्वेशन नूं, इक्वेशन बन गई ना, इक्वेशन मतलब इक्वल टू पै गया ना विच कि इधरला पासा इहदे बराबर है। हुण असीं इहनूं सोल्व करना है, सोल्व करना हुण मैं इधर पंजाबी वाले पोर्शन च नहीं करना, मैं इधर कर देना, बाकी तो सारा सेम स्टैप स्टैप आ जाना। हुण अगे आ जांदा साडा कि जदों इधर मल्टीप्लाई होई होवे किसी दो दो नंबर की मल्टीप्लीकेशन हुई हो तो उन्होंने एक नंबर असं चके जो बराबर के दूजे पास लै जाइए तो वह फिर डिवाइड करता दूजे पास जाके चिन्ह साइन वह साइन जरा चेंज हो जाता चिन्ह बदल जाता वह इधर वन बाय टू ने मल्टीप्लाई होया दूजे पास जाके ये कि हो जाना डिवाइड का चिन्ह बन जाना यदा इधर मल्टीप्लाई इधर आके इन्हें हो जाना डिवाइड। मैं देखो एक्स माइनस वन बाय टू इधर रह गया ये इतों टप के दूजे पास चल गया दूजे पास गया तो यदा साइन चेंज हो गया क्योंकि ये सारे नाल गुणा होया ना इस करके इनू कल लैके चलने असी तो यह हो जाना साडा डिवाइड वन बाय टू। ठीक हूँ की है असी पहला यह काम कर लिए वन एक्स माइनस वन बाय टू इज इक्वल टू वन बाई एट मल्टीप्लाई दी असी सॉरी डिवाइड की असी बना दी है मल्टीप्लीकेशन पता ना तुहानू असी डिवीजन की मल्टीप्लीकेशन बना के अगला नंबर का रेसीप्रोकल कर देता उल्ट कर देता इनू। ठीक है यह है ना दो बटा एक ओके हुण इत्थे भी एक इत्थे वेख्या वन वन हो गया ना इहदा तां कुछ नहीं होना एक ये देखो ये टू है एट है टू के टेबल च एट आता है टू वन जा टू दो एकम दो टू फोर द एट दो चौके अठ हूँ साढ़े को बच गया एक्स माइनस एक बटा दो एक्स माइनस वन बाई टू इज इक्वल टू वन वन द वन। ठीक है उपर वाले जगह तो उपर वाली रकम की मल्टीप्लाई हो जानी थले थले रही हो जानी फोर वन द फोर। हूँ साढ़े को इक्वेशन की बन गई एक्स माइनस वन बाई टू इज इक्वल टू वन बाई फोर। हूँ इधर ये माइनस होया हूँ असं इनू उधर लै जाइए क्योंकि इस एक्स की वैल्यू पता करनी ना एक्स में कला इधर रहन देना बाकी सारा कुछ दूजे पास लैके जाना सिस्टमैटिकली ओके। हूँ असं इन जिसल उधर जावे इधर माइनस का उधर जाके इन्हें प्लस का हो जाना यह हो जाना साडा एक्स इज इक्वल टू वन बाई फोर ये वन बाई टू इधर आके प्लस का हो गया। हुण जदों असीं बटिआं वालीआं रकमां जां पाउण वालीआं टर्म्स दी असीं प्लस माइनस करदे हां तां असीं की लैंदे हां एलसीएम याद रखना सीधा इन्हें जोड़ देना एक च एक जोड़ दिता चार च दो जोड़ दो छे हो जाओ इदां नहीं करना इन्हां दा एलसीएम लैना चार दा ते दो दा एलसीएम तुहानूं जवानी आना चाहिए पर फिर भी चलो दो दूनी चार दो एकम दो टू वन टू वन द वन साडा एलसीएम की आ गया टू टू दा फोर दो दूनी चार चार लघुत्तम आ गया लघुत्तम नूं की करीदा पहला हर नाल असीं भाग करीदी आ पहली रकम दे हर नाल भाग करनी आ पहली रकम दे डिनोमीनेटर नाल डिवाइड करना इहनूं। हुण फोर नूं फोर नाल डिवाइड कीता आंसर किन्ना आएगा वन आएगा देख लो फोर नूं फोर नाल डिवाइड करांगे फोर वन तो फोर आंसर वन आया ना तो वन जिहड़ा आंसर आया उहनूं हुण न्यूमरेटर नाल मल्टीप्लाई करना असीं आंसर भी वन आ उपर भी वन आ वन वन दा वन। ठीक है प्लस हूँ इनू डिनोमीनेटर ना डिवाइड करना चार नू दो नाल अगली रकम के डिनोमीनेटर ना दो नाल डिवाइड करांगे तो आंसर कितना आएगा टू टू दा फोर। ठीक है ना आंसर दो आएगा दो नू उपर न्यूमरेटर ना गुणा करनी है न्यूमरेटर ना गुणा करांगे जिले दो एकम दो टू वन टू। ठीक है इधर एक्स है साडा एक्स इज इक्वल टू की होगा वन प्लस टू हो गया थ्री अपॉन फोर ये साडा आंसर आ गया। ठीक है ये फस्ट क्वेश्चन जिहड़ा हो गया ये काम तुसीं रफ कम च करना ना बिना रफ कम दे काम नहीं करना ओके थैंक यू।